स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं पिंड छन्ना गुलाब सिंह इहनू तहसील तपा पैंदी है ते जिला जिहड़ा उह बरनाला है। भदौड़ तो सारा 5 किलोमीटर दोस्तों सैड ते पिंड है ते मेन रोड जिहड़ा उह भदौड़ तो इधर छन्ना गुलाब सिंह नूं आउंदा है। अगे इह रामपुरे नूं लंघ जांदा रोड ते उस रोड दे उत्ते बाई जी उहनां दा घर है। व्यापार का इन्हों का काम है, पशु रूटीन च आए। अज की वीडियो चुनू एक गां बहुत चंगी ते नाल एक मज दो नाग यह है ते एक इधर दोस्तों अंदर तोकड़ गभन गां खड़ी है, वह भी बाई ने वेचनी है, विकाऊ की भी है। डिटेल सारी इन्होंने पशुओं बारे बाई तो पुछांगे, वीडियो ने एंड तक देख लो। जिहड़े वीर नूं कोई भी पशु इन्हां चों पसंद आ जूगा इत्थे आके देख के आपदी तसली दे नाल तुसीं खरीद सकदे हो। आओ बाई जी उहनां दोस्तों गलबात करदे हां ते इन्हां पशुओं की डिटेल लैंदे हां। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਦੱਸੋ ਜੀ ਆਪਣਾ। ਪੰਨਾ ਸਿੰਘ ਜੀ। ਠੀਕ ਹੈ। ਅੱਛਾ ਬਾਈ ਆਪਾਂ ਵਪਾਰ ਦਾ ਕੰਮ ਕਰਦੇ ਹਾਂ ਨਾ। ਹਾਂਜੀ। ਕਿੰਨਾ ਕੁ ਟਾਈਮ ਹੋਇਆ ਜੀ? ਥੋੜਾ ਟਾਈਮ ਹੀ ਹੈ, 2 ਮਹੀਨੇ ਹੋਏ। ਅੱਛਾ, ਨਵਾਂ ਹੀ ਕੰਮ ਸ਼ੁਰੂ ਕੀਤਾ। ਹਾਂਜੀ। ਠੀਕ ਹੈ। ਗਾਵਾਂ ਮੱਝਾਂ ਦੋਨੇ ਤਰ੍ਹਾਂ ਦੇ ਪਸ਼ੂ ਖਰੀਦਣ ਦਾ ਸੋਚਿਆ? ਹਾਂ ਜੀ। ਠੀਕ ਹੈ। ਜਿਹੜੀ ਇੱਧਰ ਮਗਰ ਗਾਂ ਖੜੀ ਹੈ ਇਹਦਾ ਸੂਆ ਕਹਿੰਦਾ ਮੈਂ ਬਾਈ ਜੀ। ਇਹਦਾ ਤੀਜਾ ਸੂਆ ਜੀ। ਤੀਜਾ ਸੂਆ। ਕਿੰਨੇ ਦਿਨਾਂ ਦੀ ਕੱਚੀ ਹੈ? ਇਹ ਲੈ ਜੂ ਹਫਤਾ ਜੀ। ਠੀਕ ਹੈ। ਦੁੱਧ ਦੂਜੇ ਸੂਏ ਦਾ ਕਿੰਨਾ ਕੁ ਦੱਸਿਆ ਮਾਲਕ? 27.5 ਲੀਟਰ ਦੱਸਿਆ ਜੀ। ਠੀਕ ਹੈ। ਡਿਮਾਂਡ ਇਹਦੀ ਰੇਟ ਕੀ ਰੱਖਿਆ? ਇਹਦਾ 75,000 ਰੁਪਏ ਜੀ। 75,000। ਠੀਕ ਹੈ ਦੋਸਤੋ। ਚੰਗੀ ਗਾਂ ਗੋਲ ਬਾਡੀ ਦੀ ਹੈ ਤੇ ਥਣ ਦਾ ਸਾਈਜ਼ ਬਹੁਤ ਸੋਹਣਾ। ਬਾਕੀ ਜਦੋਂ ਤੁਰੂਗੀ ਹਵਾਨਾ ਉਦੋਂ ਦਿਸੂਗਾ। ਇੱਥੋਂ ਪਹਿਲਾਂ ਥਣ ਦੇਖ ਲਓ ਇੱਕ ਪਾਸੇ ਦੇ, ਸੋਹਣਾ ਮੂੰਹ ਮੱਥਾ ਖੋਲੋ ਮੜਾ ਜੀ। ਹਵਾਨਾ ਵੀ ਦੋਸਤੋ ਚੰਗਾ ਤਿਆਰ ਕੀਤਾ ਹੋਇਆ। ਉਧਰ ਨੂੰ ਲੈ ਚੱਲੀ ਵੀਰ ਸਿੱਧੀ ਦਰਮਿਆਨੇ ਕੱਦ ਕਾਸ਼ ਚ ਚੰਗੀ ਬਾਡੀ ਦੀ ਦੋਸਤੋ, ਉੱਤੋਂ ਚੌੜੀ ਹੈ ਤੇ ਉਮੀਦ ਆ ਵੀ ਦੁੱਧ ਨੇ ਚੰਗਾ ਦੇਣਾ, ਕਿਉਂਕਿ ਥਣ ਹਵਾਨਾ ਜਿਹੜਾ ਉਹ ਦੱਸਦਾ ਵੀ ਹਵਾਨਾ ਵੀ ਵੱਡਾ ਹੈ। ਹਜੇ ਟਾਈਮ ਪਿਆ ਦੋਸਤੋ, ਸੂਣ ਦੇ ਵਿੱਚ ਦਹਿਣੇ ਨੇ ਲੈ ਜਾਣੇ ਆ। ਗੋਲ ਜੀ ਬਣ ਤਰਦੀ ਹੈ ਗਾਂ ਘਰ ਦੇ ਵਿੱਚ ਰੱਖਣ ਵਾਸਤੇ, ਚੰਗੀ ਰਾਜੀ ਰਹੂਗੀ, ਵੇਲ ਚੰਗੀ ਦਿਖਾਉਂਦੀ ਹੈ। ਬਾਕੀ ਥਣ ਮੇਨ ਹੁੰਦੇ ਆ ਦੋਸਤੋ ਤੇ ਉਹ ਬਹੁਤ ਸੋਹਣੇ ਆ। ਸੋ ਇਹ ਗਾਂ ਪਹਿਲੇ ਨੰਬਰ ਤੇ ਬਾਈ ਕੋਲ ਵਿਕਾਊ ਸੀ। 75,000 ਡਿਮਾਂਡ ਹੈ। ਥਣ ਦੋਨਾਂ ਪਾਸਿਆਂ ਤੋਂ ਤੁਹਾਨੂੰ ਸਾਈਜ਼ ਦਿਸ ਜੂਗਾ, ਬਿਲਕੁਲ ਇੱਕੋ ਜਿਹੇ ਥਣ ਹੈ। ਪਰਲੀ ਸਾਈਡ ਦੇ ਵੀ ਕਿਸੇ ਪਾਸੇ ਬਹਿ ਕੇ ਦੇਖ ਲਓ ਦੋਸਤੋ, ਬਿਲਕੁਲ ਇੱਕੋ ਜਿਹਾ ਥਣ ਦਿਸਦਾ। ਬਾਕੀ ਬਾਡੀ ਬਣਤਰ ਜਿਹੜੀ ਉਹ ਵੀ ਚੰਗੀ ਹੈ। ਹਵਾਨਾ ਇੱਥੋਂ ਤੁਸੀਂ ਦੇਖ ਸਕਦੇ ਹੋ ਚੰਗਾ ਦਿਖਾਉਂਦੀ ਹੈ। ਹਜੇ ਢਿੱਲ ਕਾਫੀ ਪਈ ਹੈ, ਬਾਕੀ ਦਹਿਣੇ ਨੇ ਲੈ ਜਾਣੇ ਆ, ਕਿਉਂਕਿ ਜੇ ਉੱਤੋਂ ਕੋਈ ਬਹੁਤੇ ਪੁੜੇ ਨਵਾਏ ਨਹੀਂ। ਸੋ ਇਹ ਗਾਂ ਦੋਸਤੋ ਵਿਕਾਊ ਇੱਕ ਅਤੇ ਇੱਕ ਮੱਝ ਹੈ, ਚੰਗੇ ਦੁੱਧ ਵਾਲੀ ਹੈ। ਹਵਾਨਾ ਵੀ ਚੰਗਾ ਦਿਖਾਉਂਦੀ ਹੈ, ਬਾਕੀ ਜੋ ਤੁਰੂ ਉਦੋਂ ਤੁਹਾਨੂੰ ਕਲੀਅਰ ਦਿਸੂ। ਬਾਈ ਜੀ ਇਹ ਮੱਝ ਕਿੰਨਾ ਸੂਆ ਸੁਣੀ ਹੈ ਜੀ? ਇਹ ਤੀਜੇ ਸੂਆ ਸੁਣੇ ਜੀ। ਤੀਜੇ ਸੂਏ ਕਿੰਨੇ ਦਿਨ ਰਹਿੰਦੇ ਇਹਦੇ? ਸਿਕੰਦਰ ਦਾ ਝੋਟਾ ਉਧਰ ਨੇੜੇ ਕੋਈ। ਅੱਛਾ। ਉਹਦੇ ਸਿਕੰਦਰ ਦੇ ਬੱਚੇ ਤੋਂ ਗੱਭਣਾ। ਸਿਕੰਦਰ ਦੇ ਬੱਚੇ ਤੋਂ, ਲਕਸ਼ਮੀ ਡੇਅਰੀ ਫਾਰਮ ਦਾ ਸਿਕੰਦਰ ਤੇ ਉਹਦੇ ਗਾਂ ਬੱਚੇ ਤੋਂ ਗੱਭਣਾ। ਹਾਂਜੀ। ਠੀਕ ਹੈ। ਖੋਲੋ ਉਹਨੂੰ ਦੋਸਤੋ। ਤੀਜਾ ਸੂਆ ਬਾਈ ਜਿਹੜੀ ਦੱਸਦੇ ਆ ਸੂਣਾ ਇਹਨੇ 10 ਦਿਨ ਹਜੇ ਦਿਨ ਪੂਰੇ ਹੋਣ ਚ ਰਹਿੰਦੇ ਆ। 16 ਕਿਲੋ 200 ਗ੍ਰਾਮ ਦੁੱਧ ਬਾਈ ਦੱਸਦਾ ਵੀ ਮਾਲਕਾਂ ਨੇ ਦੱਸਿਆ ਵੀ ਪਿਛਲੇ ਸੂਏ ਨੇ ਪੀਕ ਲੈਵਲ ਦੇ ਉੱਤੇ ਦਿੱਤਾ। ਹਵਾਨਾ ਜੇ ਦੇਖੋ ਦੋਸਤੋ ਬਹੁਤ ਵੱਡਾ, ਅੱਗੇ ਨੂੰ ਵੀ ਹਵਾਨਾ ਚੰਗਾ ਦਿਖਾਉਂਦੀ ਹੈ, ਪਿਛਾਂਹ ਨੂੰ ਵੀ, ਬਾਕੀ ਲੱਤਾਂ ਦੇ ਸਨ 'ਚ ਪੂਰਾ ਚੌੜਾ, ਸੋਹਣਾ ਕੱਦ ਕਾਠ ਹੈ ਹਵਾਨਾ। ਇੱਥੋਂ ਦੋਸਤੋ ਤੁਸੀਂ ਦੇਖ ਸਕਦੇ ਹੋ ਥਣ ਦਾ ਸਾਈਜ਼ ਵੀ ਚੰਗਾ, ਬਾਕੀ ਹਵਾਨਾ ਅੱਗੇ ਨੂੰ ਵੀ ਚੰਗਾ। ਇਹਦਾ ਮਤਲਬ ਅਗਾੜੀ ਜਿਹੜੀ ਅਗਲੇ ਥਣਾਂ ਦੇ ਵਿੱਚ ਦੁੱਧ ਇਹਦੇ ਚੰਗਾ ਹੋਊਗਾ। ਇੱਥੋਂ ਤੁਸੀਂ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਦੋਸਤੋ ਸ਼ਾਇਦ ਦਿਸਦੀਆਂ ਹੋਣ, ਦੋਨੀ ਪਾਸੀ ਨਾੜਾਂ ਜਿਹੜੀਆਂ ਉਹ ਕਾਫੀ ਦਿਖਾਉਂਦੀ ਹੈ। ਹਵਾਨਾ ਦੇਖ ਸਕਦੇ ਹੋ ਵੱਡਾ ਹੈ, ਹਵਾਨੇ ਤੇ ਨਾੜਾਂ ਦੀ ਜਿਹੜੀ ਮੈਂ ਗੱਲ ਕਰਦਾ ਜੀ ਸਾਹਮਣੇ ਤੁਹਾਨੂੰ ਦਿਸਣਗੀਆਂ। ਇਹ ਦੂਜੇ ਪਾਸੇ ਵੀ ਸੇਮ ਹੀ ਉਸੇ ਤਰ੍ਹਾਂ ਦਾ ਡਿਜ਼ਾਇਨ ਜਿਹੜਾ ਉਹ ਬਣਿਆ ਹੋਇਆ ਕੁਦਰਤ ਵੱਲੋਂ। ਇੱਦਾਂ ਦਾ ਦੋਸਤੋ ਰੌਫੇ ਦੇ ਹਵਾਨੇ ਦਾ ਚੰਗੀ ਮੱਝ ਆ, ਉੱਤੋਂ ਚੌੜਾ ਹਵਾਨਾ ਵੱਡਾ ਪੂਰਾ ਅਤੇ ਇੱਦਾਂ ਦਾ ਹਵਾਨਾ ਇਹ ਦਿਖਾਉਂਦੀ ਹੈ। ਇੱਕ ਇਹ ਮੱਝ ਅਤੇ ਇੱਕ ਇਹ ਗਾਂ, ਇੱਕ ਦੋਸਤੋ ਤੋਕੜ ਗਾਂ ਬਾਈ ਕੋਲ, ਇਹਦੀ ਵੀ ਡਿਟੇਲ ਪੁੱਛਦੇ ਹਾਂ ਅਤੇ ਫਿਰ ਇਹ ਵੀ ਤੁਹਾਨੂੰ ਤੋਰ ਕੇ ਦਿਖਾ। ਜਿਹੜੀ ਇਹ ਤੋਕੜ ਗਾਂ ਜੀ, ਇਹ ਕਿੰਨਵਾਂ ਸੂਆ ਸੂਈ ਵੀ ਹੈ? ਇਹ ਦੂਜੇ ਸੂਈ ਹੈ ਜੀ, ਤੀਜੇ ਸੂਣਾ ਹੈ ਜੀ। ਤੀਜੇ ਵਾਸਤੇ ਗੱਭਣਾ? ਤੀਜੇ ਵਾਸਤੇ 6 ਮਹੀਨਿਆਂ ਦੇ ਪੂਰੇ ਹੋਣ ਵਾਲੇ, 6 ਮਹੀਨੇ 6 ਪੂਰੇ ਹੋਣ ਵਾਲੇ ਆ। ਠੀਕ ਹੈ। ਅਤੇ ਦੁੱਧ ਇਸ ਟਾਈਮ ਦਿੰਦੀ ਹੈ? 8 ਕਿਲੋ ਦੁੱਧ ਆ ਜੀ ਦੋਨੇ ਟਾਈਮਾਂ ਦਾ। 8 ਕਿਲੋ ਇਸ ਟਾਈਮ ਦੋਵੇਂ ਟਾਈਮ ਦੁੱਧ ਦਿੰਦੀ ਹੈ। ਇਹਦਾ ਰੇਟ ਕੀ ਰੱਖਿਆ? ਇਹਦਾ 32,000 ਰੁਪਇਆ ਜੀ। ਠੀਕ ਹੈ।
ਖੋਲਿਓ ਮਾੜਾ ਜਿਹਾ ਮੂੰਹ ਤੋਰ ਦੋਸਤੋ 32,000 ਡਿਮਾਂਡ ਆ 8 ਕਿਲੋ ਦੁੱਧ 6 ਮਹੀਨਿਆਂ ਦੀ ਕੰਪਲੀਟ ਹੋਣ ਵਾਲੀ ਹੈ 7ਵਾਂ ਚੱਲਣ ਵਾਲਾ 1 ਮਹੀਨਾ ਦੁੱਧ ਕੋਈ ਵੀ ਵੀਰ ਚੋ ਸਕਦਾ ਉਦੋਂ ਬਾਅਦ 'ਚ ਡਰਾਈ ਕਰਨੀ ਪਊਗੀ 8 ਕਿਲੋ ਦੁੱਧ ਇਸ ਟਾਈਮ ਹੈਗਾ 32,000 ਡਿਮਾਂਡ ਹੈ ਸਿੰਘ ਜਿਹੜੇ ਆ ਦੋਸਤੋ ਫੋਟਾਂ ਜਿਹੜੀਆਂ ਦਾਗਣ ਤੋਂ ਬਾਅਦ 'ਚ ਕਈ ਵਾਰ ਫੁੱਟ ਆਉਂਦੇ ਆ ਉਹ ਫੋਟਾਂ ਛੋਟੀਆਂ ਛੋਟੀਆਂ ਜੀਆਂ ਕੋਈ ਸਿੰਘ ਨਹੀਂ ਘੋਨੀ ਗਾ ਬਾਡੀ ਬਣਤਰ ਚੰਗੀ ਹੈ ਚੰਗੀ ਸੰਭੀ ਵੀ ਹੈ ਸੋ ਦੁੱਧ 8 ਕਿਲੋ ਇਸ ਟਾਈਮ ਹੈਗਾ ਅਤੇ ਜਦੋਂ ਦੋਸਤੋ ਹੋਰ 1 ਮਹੀਨਾ 1.25 ਮਹੀਨਾ ਚੋ ਕੇ ਇਹਨੂੰ ਡਰਾਈ ਜਦੋਂ ਕਰੋਗੇ ਉਦੋਂ ਬਾਅਦ 'ਚ ਜੋ ਤਾਜ਼ੀ ਸੂਗੀ ਉਦੋਂ ਦੁੱਧ ਇਹਨੇ ਚੰਗਾ ਦੇਣਾ ਕਿਉਂਕਿ ਲਗਭਗ ਇਹ ਮੰਨੋ ਵੀ ਇਹਨੂੰ ਆਪ ਦੁੱਧ ਨੂੰ ਛੱਡਣ ਦੀ ਲੋੜ ਆ ਇਹਨੇ ਦੁੱਧ ਨਹੀਂ ਸੁੱਕਣਾ ਸੋ ਇਹ ਇਹਦਾ ਹਵਾਨਾ ਹੈ ਚੰਗਾ ਹਵਾਨਾ ਦਿਖਾਉਂਦੀ ਹੈ ਦੁੱਧ ਤੁਸੀਂ 2-3 ਟਾਈਮ ਬੇਸ਼ੱਕ ਚੋ ਕੇ ਦੇਖ ਲਿਓ ਜਿਹਨੂੰ ਪਸੰਦ ਆਵੇ ਗੱਭਣ ਦੋਸਤੋ ਕਨਫਰਮ ਹੈ 6 ਮਹੀਨਿਆਂ ਦੀ ਹੋ ਗਈ ਹੈ ਫਿਰ ਵੀ ਜੇ ਕਿਸੇ ਨੂੰ ਲੋੜ ਲੱਗੇ ਬੇਸ਼ੱਕ ਕਰਾ ਲਿਓ ਚੈੱਕ ਅਤੇ ਇੱਕ ਇੱਧਰ 2 ਨਗ ਹੋਰ ਤੁਹਾਨੂੰ ਦਿਖਾਤੇ ਹੈ ਪਸ਼ੂ ਜਿਹੜਾ ਪਸੰਦ ਆਉਂਦਾ ਤਸੱਲੀ ਤੁਸੀਂ ਕਰਨੀ ਹੈ ਇਹਨਾਂ ਦਾ ਵਪਾਰ ਦਾ ਕੰਮ ਆ ਪਸ਼ੂ ਰੂਟੀਨ 'ਚ ਆਉਂਦੇ ਆ ਕੰਟੈਕਟ ਤੁਸੀਂ ਦੋਸਤੋ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਹੁਣ ਇਹਨਾਂ ਕੋਲ ਰੂਟੀਨ 'ਚ ਜਿਹੜੀਆਂ ਮੱਝਾਂ ਗਾਵਾਂ ਉਹ ਆਉਂਦੀਆਂ ਧੰਨਵਾਦ ਵੀਡੀਓ ਦੇਖਣ ਵਾਸਤੇ